ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਲੋਕ ਹੈ, ਅਤੇ ਮੇਰਾ ਖਿਆਲ ਇਹ ਸ਼ਲੋਕ ਪੜ੍ਹਨ ਤੋਂ ਬਾਅਦ ਕੋਈ ਤਰਕ ਕਟਾਕਸ਼ ਨਹੀਂ ਕਿ ਪਰਮਾਤਮਾ ਕਿੰਨਾ ਕੁ ਸਮਰੱਥ ਹੈ। ਅੱਜ ਅਫਸੋਸ ਹੈ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਹੀ ਰੱਬ ਦੀ ਸਮਰੱਥਾ ਬਣਾਈ ਹੈ। ਜੋ ਇਸ ਪਲੈਨਟ 'ਤੇ ਬੰਦੇ ਦੀ ਸਮਰੱਥਾ ਹੈ ਨਾ, ਅਸੀਂ ਉਸ ਸਮਰੱਥਾ ਨੂੰ ਆਖਰੀ ਪੈਮਾਨਾ ਬਣਾ ਕੇ ਕਿਹਾ ਰੱਬ ਵੀ ਇਹੋ ਜਿਹਾ ਹੈ। ਕਿਉਂ? ਕਿਉਂਕਿ ਸਾਡੀ ਪ੍ਰੋਬਲਮ ਹੈ, ਸਾਡੇ ਕੋਲ ਸਾਇੰਸ ਦਾ ਇੰਜੈਕਸ਼ਨ ਹੈ। ਅਸੀਂ ਕਹਿੰਦੇ ਹਾਂ ਸਾਇੰਸ ਨਹੀਂ ਹੈ ਮੰਨਦੀ, ਇਹਦਾ ਮਤਲਬ ਸਾਇੰਸ ਆਖਰੀ ਸੱਚ ਹੈ। ਅਸੀਂ ਆਪਣੇ ਪੈਮਾਨੇ ਨਾਲ ਰੱਬ ਦੀ ਸਮਰੱਥਾ ਨੂੰ ਮਤ ਮਾਪੀਏ। ਪਰਮਾਤਮਾ ਉਹ ਕੁਛ ਕਰ ਦਿੰਦਾ ਜਿਹੜਾ ਬੰਦੇ ਦੇ ਜ਼ਿਹਨ ਵਿੱਚ, ਦਿਮਾਗ ਵਿੱਚ ਵੀ ਕਦੀ ਨਹੀਂ ਘੁੰਮਦਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਆਪ ਪੜ੍ਹ ਵੀ ਲਿਓ, ਮੈਂ ਅਰਥ ਕਰ ਦੇਣਾ, ਕਿ ਮਨੁੱਖ ਦੀ ਜ਼ਿੰਦਗੀ ਪਲਟਦਿਆਂ ਪਰਮਾਤਮਾ ਲਈ ਕੋਈ ਦੇਰੀ ਨਹੀਂ, ਆਸਰਾ ਕੇ ਤੁਰੀਏ। ਉਹਨਾਂ ਨੇ ਚਾਰ ਕੁ ਜਾਨਵਰਾਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਪੰਛੀ ਵੀ ਨੇ, ਕਿ ਜਿਹੜੇ ਜਮਾਂਦਰੂ ਮੁੱਦਤਾਂ ਤੋਂ ਘਾਹ ਪੱਠਾ ਨਹੀਂ ਖਾਂਦੇ, ਉਹ ਦੁੱਧ ਨਹੀਂ ਪੀਂਦੇ, ਜਦੋਂ ਉਹ ਨਿਕਲਦੇ ਨੇ ਸਿਰਫ ਉਹਨਾਂ ਦੀ ਖੁਰਾਕ ਕੇਵਲ ਅਤੇ ਕੇਵਲ ਮਾਸ ਹੈ। ਉਸ ਵਿੱਚ ਬਾਜ਼ ਹੈ, ਸ਼ੇਰ ਹੈ, ਦੋ ਸ਼ਬਦ ਮਹਾਰਾਜ ਜੀ ਨੇ ਵਰਤੇ ਨੇ, ਚਰਗ ਔਰ ਕੂਹੀ ਹੈ, ਇਹ ਚਾਰੇ ਮਾਸ ਖਾਂਦੇ। ਤੁਸੀਂ ਬਾਜ਼ ਅੱਗੇ ਦਾਣੇ ਪਾਓ, ਉਹ ਦਾਣੇ ਨਹੀਂ ਚੁਣੇਗਾ। ਸ਼ੇਰ ਅੱਗੇ ਖਰਾ ਘਾਸ ਪਾ ਦਿਓ, ਬਿਲਕੁਲ ਉਹ ਨਹੀਂ ਖਾਏਗਾ। ਸ਼ੇਰ ਅੱਗੇ ਦੁੱਧ ਪਾ ਦਿਓ, ਦੁੱਧ ਨਹੀਂ ਪੀਏਗਾ, ਉਹ ਮਾਸ ਹੀ ਖਾਏਗਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਾਣੀ ਮੰਨਣ ਵਾਲਿਆ, ਪਰਮਾਤਮਾ ਦੀ ਸਰਬੱਗਤਾ 'ਤੇ ਭਰੋਸਾ ਰੱਖ। ਜੇ ਪਰਮੇਸ਼ਵਰ ਚਾਹੇ ਬਾਜ਼ ਨੂੰ, ਸ਼ੇਰ ਨੂੰ, ਚਰਗ ਔਰ ਕੂਹੀ ਨੂੰ, ਜਿਹੜੇ ਮਾਸਾਹਾਰੀ ਜਾਨਵਰ ਨੇ, ਉਹਨਾਂ ਨੂੰ ਸ਼ਾਕਾਹਾਰੀ ਬਣਾ ਸਕਦਾ ਹੈ, ਸੁਭਾਅ ਬਦਲ ਸਕਦਾ ਜੀ। ਦੂਸਰੀ ਗੱਲ, ਅਸੀਂ ਦੇਖਦੇ ਹਾਂ ਭੇਡ, ਬੱਕਰੀ, ਗਾਂ, ਹਰਨ, ਇਹ ਕਦੀ ਮਾਸ ਖਾਂਦੇ ਦੇਖੇ ਆ? ਇਹ ਸਿਰਫ ਘਾਸ ਖਾਂਦੇ ਆ। ਜੇ ਪਾਰ ਬ੍ਰਹਮ ਪਰਮੇਸ਼ਵਰ ਚਾਹਣ ਤੇ ਘਾਹ ਖਾਣ ਵਾਲਿਆਂ ਨੂੰ ਮਾਸਾਹਾਰੀ ਬਣਾ ਸਕਦੇ ਆ। ਅਤੇ ਗੁਰੂ ਸਾਹਿਬ ਬਚਨ ਕਰਦੇ ਆ, ਜਿਸ ਮਾਰੂ ਥਲ ਵਿੱਚ ਪਾਣੀ ਦੀ ਬੂੰਦ ਵੀ ਨਹੀਂ, ਪਰਮਾਤਮਾ ਜੀ ਚਾਹਣ ਮਾਰੂ ਥਲ ਵਿੱਚ ਪਾਣੀ ਦੀਆਂ ਝੀਲਾਂ ਪੈਦਾ ਕਰ ਦੇਣ। ਜਿਸ ਸਮੁੰਦਰ ਵਿੱਚ ਅਸਗਾਹ ਪਾਣੀ ਹੈ, ਉਹ ਚਾਹਣ ਤਾਂ ਉਹਦੇ ਵਿੱਚ ਪਹਾੜ ਪੈਦਾ ਕਰ ਦੇਣ। ਜਿਸ ਬੰਦੇ ਨੂੰ ਕੋਈ ਵੀ ਨਹੀਂ ਜਾਣਦਾ, ਪਰਮਾਤਮਾ ਚਾਹੇ ਕੀੜੇ ਵਰਗੇ ਨਿਰਬਲ ਬੰਦੇ ਨੂੰ ਪਾਤਸ਼ਾਹ ਬਣਾ ਦੇ, ਜਿਹੜਾ ਪਾਤਸ਼ਾਹ ਲੱਖਾਂ 'ਤੇ ਹੁਕਮ ਚਲਾਉਂਦਾ, ਉਹਨੂੰ ਗੁਲਾਮ ਬਣਾ ਸਕਦਾ ਹੈ। ਮੈਂ ਤਾਂ ਇਹ ਸ਼ੁਰੂਆਤ ਕੀਤੀ ਕਿਉਂਕਿ ਮਨ ਚਾਹੇਗਾ ਕਿਤੇ ਐਵੇਂ ਗੱਪਾਂ 'ਤੇ ਨਹੀਂ, ਪਿੱਛੇ ਰਹਿਣ ਵਾਲਾ ਆਗੂ ਬਣ ਜਾਂਦਾ। ਮਹਾਰਾਜ ਜੀ ਦਾ ਬਚਨ ਹੈ ਕਿ ਸ਼ੀਆਂ, ਬਾਜਾਂ, ਚਰਗਾਂ, ਕੂਈਆਂ, ਇਹ ਬਾਣੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਅਰਥ ਕਰ ਦਿੱਤੇ ਨੇ। ਸ਼ੀਆਂ, ਬਾਜਾਂ, ਚਰਗਾਂ, ਕੂਈਆਂ, ਇਹਨਾਂ ਖਵਾਲੇ ਕਾ, ਕਾਂ ਖਾਣ ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸ਼ਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ। ਆ ਅਖੀਰ ਵਾਲੀ ਤੁਕ ਮੈਂ ਤਾਂ ਕਿਹਾ ਸੀ ਸਾਇੰਸ ਦਾ ਪੈਮਾਨਾ ਨਹੀਂ ਮੰਨੇਗਾ। ਮੰਨ ਲਓ ਤੁਸੀਂ ਕਿਤੇ ਜਾ ਕੇ ਕਹੋ ਫਲਾਣਾ ਬੰਦਾ ਜੀ, ਉਹਦੀ ਬੋਡੀ ਵਿੱਚ ਸਵਾਸ ਕੋਈ ਨਹੀਂ ਪਰ ਤੁਰਿਆ ਫਿਰਦਾ, ਉਹਦਾ ਨੱਕ ਮੂੰਹ ਬੰਦ ਕਰ ਦਿੱਤਾ ਤਾਂ ਵੀ ਤੁਰਿਆ ਫਿਰਦਾ, ਅਤੇ ਮੇਰਾ ਖਿਆਲ ਕਿਸੇ ਨੇ ਮੰਨਣਾ ਹੀ ਨਹੀਂ, ਬਿਲਕੁਲ ਨਹੀਂ ਮੰਨਣਗੇ, ਇਹ ਝੂਠ ਹੈ। ਕਿਉਂਕਿ ਸਾਇੰਸ ਨਹੀਂ ਮੰਨਦੀ, ਜੇ ਨਹੀਂ ਸਵਾਸ ਨਿਕਲਦਾ, ਪਵਨ ਨਹੀਂ ਨਿਕਲੇਗੀ ਤਾਂ ਬੰਦਾ ਮਰੇਗਾ। ਗਲਾਂ ਘੁੱਟ ਦਿਓ, ਬੰਦਾ ਮਰ ਜਾਂਦਾ ਕਿਉਂਕਿ ਸਵਾਸ ਬੰਦ ਹੋ ਗਿਆ। ਕਿਸੇ ਦਾ ਮੂੰਹ ਨੱਕ ਬੰਦ ਕਰ ਦਿਓ, ਮਰੇਗਾ ਕਿਉਂਕਿ ਸਵਾਸ ਨਹੀਂ ਨਿਕਲਦਾ। ਹੁਣ ਇਸ ਤੁਕ ਨੂੰ ਤੁਸੀਂ ਪਾ ਕੇ ਦੇਖਿਓ, ਕਿਉਂਕਿ ਹਰ ਫੋਨ ਦੇ ਵਿੱਚ ਅੱਜ ਕੱਲ੍ਹ ਮਹਾਰਾਜ ਦੀ ਬਾਣੀ ਹੈ। ਮਹਾਰਾਜ ਕਹਿੰਦੇ ਨੇ ਜੇਤੇ ਜੀ ਜੀਵੈ ਲੈ ਸਾਹ, ਜਿੰਨੇ ਜੀਵ ਨੇ ਸਾਹ ਲੈ ਕੇ ਜੀਂਦੇ ਨੇ, ਭਾਵੇਂ ਪਾਣੀ 'ਚ ਜਲ ਚਰਨੇ, ਨਭ ਚਰਨੇ, ਧਰਤੀ 'ਤੇ ਵਿਚਰਨ ਵਾਲੇ ਸਾਹ ਤਾਂ ਸਾਰੇ ਲੈਂਦੇ ਨੇ। ਜੇਤੇ ਜੀ ਜੀਵੈ ਲੈ ਸਾਹ, ਜਿੰਨੇ ਜੀਵ ਨੇ ਸਾਹ ਲੈ ਕੇ ਜੀਂਦੇ ਆ, ਜਿਵਾਲੇ ਤਾਂ ਕਿ ਅਸਾਹ। ਇਹ ਸਾਹ ਲਫ਼ਜ਼ ਦੇ ਅੱਗੇ ਐੜਾ ਲੱਗਾ, ਜਿਹਨੂੰ ਪੰਜਾਬੀ 'ਚ ਅਸੀਂ ਅਗੇਤਰ ਕਹਿੰਦੇ ਹਾਂ। ਇਹਦਾ ਮਤਲਬ ਸਾਰੇ ਜੀਵ ਸਾਹ ਲੈ ਕੇ ਜਿਉਂਦੇ ਆ। ਪਾਰ ਬ੍ਰਹਮ ਪਰਮੇਸ਼ਵਰ ਜੀ, ਜਦੋਂ ਤੁਸੀਂ ਆਪਣੀ ਕਲਾ ਵਰਤਾਓ ਤਾਂ ਸਾਹ ਤੋਂ ਬਿਨਾਂ ਵੀ ਜੀਵ ਜੀ ਸਕਦਾ ਹੈ, ਕਿਉਂਕਿ ਤੂੰ ਕਰਤਾ ਹੈ, ਤੇਰੇ ਉੱਤੇ ਕੋਈ ਸਾਡਾ ਹੁਕਮ ਲਾਗੂ ਨਹੀਂ। ਜੇਤੇ ਜੀ ਜੀਵੈ ਲੈ ਸਾਹ, ਜਿਵਾਲੇ ਤਾਂ ਕਿ ਅਸਾਹ। ਇੱਕ ਮਹਾਰਾਜ ਜੀ ਦਾ ਹੋਰ ਬਚਨ ਜੀ, ਅਣਹੋਣੀਆਂ ਕਰਦਾ ਪਰਮਾਤਮਾ,
ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਆਹ ਬੰਦਾ ਕੱਲ੍ਹ ਤੱਕ ਰੁਲਣ ਵਾਲਾ ਕਿੱਥੇ ਪਹੁੰਚ ਜਾਏਗਾ। ਅਤੇ ਜਿਹੜੇ ਮਹੱਲਾਂ ਵਿੱਚ ਰਹਿੰਦੇ ਨੇ, ਜਿਹੜੇ ਐਡੇ ਐਡੇ ਕਦੀ ਰਾਜ ਭਾਗ ਮੋਤਾਂ ਤੋਂ ਕਰਦੇ ਸਨ, ਅੱਜ ਉਹਨਾਂ ਕੋਲ ਕੀ ਹੈ? ਪਰਮਾਤਮਾ ਦੀ ਅਸਚਰਜ ਖੇਡ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਕਬੀਰ ਸਾਹਿਬ ਦਾ ਇਹ ਸ਼ਬਦ ਕਿ ਜਲ 'ਤੇ ਥਲ ਕਰ, ਥਲ 'ਤੇ ਕੂਵਾਂ, ਕੂਪ 'ਤੇ ਮਿਹਰ ਕਰਾਵੇ, ਇਹ ਅਣਹੋਣੀ ਬਾਤ ਹੈ। ਪਾਣੀ ਦੇ ਵਿੱਚੋਂ ਮਾਰੂਥਲ ਬਣ ਜਾਣਾ, ਜਲ 'ਤੇ ਥਲ ਕਰ, ਥਲ 'ਤੇ ਕੂਵਾਂ, ਕੂਪ 'ਤੇ ਮਿਹਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਇਹ ਰੱਬ ਕਰ ਸਕਦਾ ਜੀ। ਪੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਪੇਖਾਰੀ, ਜਿਹੜਾ ਬੰਦਾ ਦਰ ਦਰ 'ਤੇ ਭਿੱਖਿਆ ਮੰਗਦਾ, ਪਰਮੇਸ਼ਵਰ ਉਹਨੂੰ ਰਾਜ ਭਾਗ ਦੇ ਦਿੰਦਾ। ਜਿਹੜੇ ਬੰਦੇ ਰਾਜ ਭਾਗ ਦੇ ਮਾਲਕ ਨੇ, ਕਈ ਵਾਰੀ ਉਹ ਚਰਸ ਦੇ ਵਿੱਚ ਖਲੋ ਕੇ ਭਿੱਖਿਆ ਮੰਗਦੇ ਹੁੰਦੇ ਆ। ਕੀ ਇਹ ਪਰਮਾਤਮਾ ਦੀ ਅਦਭੁਤ ਸਰਬਗਤਾ ਨਹੀਂ? ਤਾਂ ਮੈਂ ਥੋੜ੍ਹੇ ਜਿਹੇ ਪ੍ਰਮਾਣ ਆਰੰਭ 'ਚ ਲਏ ਸਨ ਕਿ ਇੱਕ ਆਸਵੰਦ ਹੋ ਕੇ ਆਇਆ ਕਰੋ। ਜਿੱਥੇ ਲੋਕ ਜਵਾਬ ਦੇ ਜਨ ਕੁਛ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਇੰਨਾ ਭਰੋਸਾ ਦਿੰਦਾ, ਕਹਿੰਦਾ ਛੱਡ, ਦੁਨੀਆ ਕਹਿੰਦੀ ਇਹ ਕੁਛ ਨਹੀਂ ਹੋ ਸਕਦਾ, ਰੱਬ ਸਭ ਕੁਝ ਕਰ ਸਕਦਾ। ਬੇਨਤੀ ਹੈ, ਜਲ 'ਤੇ ਥਲ ਕਰ, ਥਲ 'ਤੇ ਕੂਵਾਂ, ਕੂਪ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਰਾਵੇ, ਪੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਪੇਖਾਰੀ, ਖਲ ਮੂਰਖ 'ਤੇ ਪੰਡਿਤ ਕਰਵੋ। ਜਿਸ ਬੰਦੇ ਮੂਰਖ ਨੂੰ ਸਮਝ ਨਹੀਂ ਬੋਲਣ ਦੀ, ਪਰਮਾਤਮਾ ਚਾਹੇ ਤਾਂ ਉਹਨੂੰ ਵਿਦਵਾਨ ਬਣਾ ਦੇ, ਅਤੇ ਜਿਹੜਾ ਵਿਦਵਾਨ ਲੋਕਾਂ ਨੂੰ ਬੋਲ ਕੇ ਕਾਇਲ ਕਰਦਾ, ਕਲਮ ਨਾਲ ਲਿਖ ਕੇ ਲੋਕਾਂ ਨੂੰ ਕਿਤਾਬਾਂ ਨਾਲ ਪ੍ਰਭਾਵਿਤ ਕਰਦਾ, ਪਰਮਾਤਮਾ ਇੱਕ ਵਾਰੀ ਕਿਤੇ ਬੁੱਧੀ ਭ੍ਰਿਸ਼ਟ ਕਰਦਾ ਅਤੇ ਵਿਦਵਾਨ ਬੰਦਾ ਵੀ ਮੂਰਖਾਂ ਵਾਲੀਆਂ ਗੱਲਾਂ ਕਰਨ ਲੱਗ ਪੈਂਦਾ। ਸੱਚ ਇਹ ਵਾਪਰਿਆ, ਸਿੱਖਾਂ 'ਚ ਵੀ ਵਾਪਰਿਆ। ਮਹਾਰਾਜ ਕਹਿੰਦੇ ਨੇ ਦੇਖੋ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ, ਇਹ ਸਮਰੱਥਾ ਹੈ। ਮੈਂ ਇੱਕ ਬਚਨ ਹੋਰ ਕਹਿ ਕੇ ਉਸ ਵੱਲ ਆਉਣਾ ਕਿ ਗੁਰੂ ਪਿੱਛੇ ਰਹਿਣ ਵਾਲਿਆਂ ਨੂੰ ਆਗੂ ਬਣਾ ਦਿੰਦਾ ਹੈ। ਇੱਥੇ ਆਗੂ ਦਾ ਅਰਥ ਰਾਜਨੀਤੀ ਆਗੂ ਨਹੀਂ ਕੇਵਲ ਮੰਨਣਾ। ਰਾਜਨੀਤਿਕ ਆਗੂ ਦੀ ਕਿੰਨੀ ਕੁ ਉਮਰ ਹੈ, ਕਿੰਨਾ ਕੁ ਸਮਾਂ ਉਹਨੇ ਰਹਿਣਾ? ਇਹਦੇ ਅਰਥ ਦੁਨਿਆਵੀ ਕਰਾਂਗੇ ਅਤੇ ਅਗਲੇ ਕਹਿਣਗੇ ਤੁਸੀਂ ਕਹਿੰਦੇ ਹੋ ਸੇਵਾ ਕਰਕੇ ਆਗੂ ਬਣ ਜਾਂਦਾ, ਇੱਥੇ ਚਾਰ ਬੰਦਿਆਂ ਦਾ ਕਤਲ ਕਰਕੇ ਵੋਟ ਲੈ ਜਾਓ ਲੋਕ ਆਗੂ ਬਣ ਜਾਂਦੇ। ਇਸ ਕਰਕੇ ਗੁਰਬਾਣੀ ਦੇ ਸਪਿਰਚੁਅਲ ਅਰਥ ਕਰਨੇ ਅਤਿ ਜ਼ਰੂਰੀ ਹੁੰਦੇ ਆ। ਇੱਕ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਇਸ ਕਰਕੇ ਕਿ ਸੇਵਾ ਅਤੇ ਸਿਮਰਨ, ਪਰਮਾਤਮਾ ਅਤੇ ਗੁਰੂ ਦੀ ਸਰਬਗਤਾ ਉਹ ਕੁਛ ਕਹਿ ਦੇ ਦਿੰਦੀ ਜਿੱਥੇ ਸੰਸਾਰ ਬਾਹਾਂ ਖੜੀਆਂ ਕਰ ਜਾਂਦਾ। ਇਹ ਦੋਹਰਾ ਹੈ, ਤੁਹਾਨੂੰ ਸਭ ਨੂੰ ਪਤਾ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਦੋਹਰਾ ਹੈ। ਬਲ ਛੁਟਕਿਓ ਬੰਧਨ ਪਰੇ, ਅੱਗੇ ਬਚਨ ਕਹਿ ਕਛੂ ਨਾ ਹੋਤ ਉਪਾਏ। ਇਹਦੇ ਅਰਥ ਬੜੇ ਸੌਖੇ ਆ। ਸਾਡਾ ਬਲ ਚਲਾ ਗਿਆ, ਸਰੀਰਕ ਬਲ ਕਹਿ ਲਓ, ਆਤਮਕ ਬਲ ਕਹਿ ਲਓ, ਮਾਨਸਿਕ ਬਲ ਕਹਿ ਲਓ, ਬਲ ਸਾਡੇ ਕੋਲ ਸ਼ਕਤੀ ਨਹੀਂ, ਪਰ ਬੰਧਨਾਂ ਨੇ ਸਾਨੂੰ ਜਕੜ ਲਿਆ ਹੈ। ਵਿਕਾਰਾਂ ਦੇ ਬੰਧਨ ਨੇ, ਵਾਸ਼ਨਾ ਦੇ ਬੰਧਨ ਨੇ, ਅਤੇ ਕਛੂ ਨਾ ਹੋਤ ਉਪਾਏ। ਹੁਣ ਕੋਈ ਉਪਾਅ ਵੀ ਨਹੀਂ, ਕੋਈ ਯਤਨ ਵੀ ਨਹੀਂ, ਕੋਈ ਵਸੀਲਾ ਵੀ ਨਹੀਂ। ਕਿ ਮਹਾਰਾਜ ਜੀ ਨੇ ਕਹਿਤਾ ਹੁਣ ਮਰ ਜਾਓ, ਕਛੂ ਨਾ ਹੋ ਤੂੰ ਪਾਏ, ਸੂਸਾਈਡ ਕਰ ਲਓ। ਹੁਣ ਦੁਨੀਆ ਵਿੱਚ ਕੋਈ ਉਪਾਅ ਨਹੀਂ, ਪਰ ਗੁਰੂ ਫਿਰ ਵੀ ਇੰਨੀ ਆਸ ਦਿੰਦਾ ਹੈ ਕਿ ਦੁਨੀਆ ਜਿੱਥੇ ਉਪਾਅ ਖਤਮ ਹੋ ਜਾਣ, ਆਤਮ ਹੱਤਿਆ ਮਤ ਕਰੀ, ਤੂੰ ਪਰਮਾਤਮਾ ਦੇ ਸਨਮੁਖ ਅਰਦਾਸ ਕਰ, ਜਿੱਥੇ ਦੁਨੀਆ ਦਾ ਉਪਾਅ ਮੁੱਕ ਜਾਏ ਉੱਥੇ ਰੱਬ ਦਾ ਉਪਾਅ ਕੰਮ ਕਰਦਾ ਹੈ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੁ ਨਾਨਕ ਅਬ ਓਟ ਖਰ ਗਜ ਜਿਉਂ ਹੋ ਸਹਾਏ। ਇਹ ਪੂਰਬ ਦੀ ਘਟਨਾ ਹੈ ਜੀ, ਇਹ ਪੁਰਾਣ ਵਿੱਚ ਆਈ ਹੈ ਕਿ ਹਾਥੀ ਨੂੰ ਤੰਦਵੇ ਨੇ ਗ੍ਰਸ ਲਿਆ, ਉਹਨੇ ਕਮਲ ਦਾ ਫੁੱਲ ਭੇਟ ਕੀਤਾ ਸੀ। ਉਹ ਮਹਾਰਾਜ ਜੀ ਨੇ ਸਾਖੀ ਲੈ ਲਈ, ਘਟਨਾ ਲੈ ਲਈ, ਕਹਿਣ ਲੱਗੇ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੁ ਨਾਨਕ ਅਬ ਓਟ ਖਰ ਗਜ ਜਿਉਂ ਹੋ ਸਹਾਏ। ਅਗਲਾ ਬਚਨ ਬਲ ਹੋਵਾ, ਦੋਨਾਂ ਤੁਕਾਂ ਨੂੰ ਬਰਾਬਰ ਰੱਖ ਕੇ ਪੜ੍ਹੋ। ਸੋਚਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਏਡੀ ਵੱਡੀ ਚੜ੍ਹਦੀ ਕਲਾ, ਪਹਿਲੀ 'ਚ ਬਿਲਕੁਲ ਨਿਰਾਸ਼ਤਾ ਹੈ ਕਿ ਕਛੂ ਨਾ ਹੋ ਤੂੰ ਪਾਏ, ਬਲ ਛੁਟਕਿਓ ਬੰਧਨ ਪਰੇ। ਹੁਣ ਉਸ ਤੁਕ ਨੂੰ ਅੱਗੇ ਇਹ ਤੁਕ ਲਾ ਕੇ ਪੜ੍ਹੋ ਕਿ ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ। ਇੱਥੇ ਕਿਉਂ ਨਹੀਂ ਮੰਨਾਂਗੇ ਰੱਬ ਦੀ ਸਰਬਗਤਾ ਨੂੰ?
ਇਹ ਪਾਰ ਬ੍ਰਹਮ ਪਰਮੇਸ਼ਵਰ ਜਿੱਥੇ ਦੁਨੀਆਂ ਦਾ ਬਲ ਛੁੱਟ ਜਾਏ, ਜਿੱਥੇ ਹਰ ਉਪਾਅ ਖਤਮ ਹੋ ਜਾਏ, ਫਿਰ ਵੀ ਸਿੱਖ ਨਿਰਾਸ਼ ਨਹੀਂ ਹੁੰਦਾ। ਸੱਚੀ ਮੁੱਚੀ ਇਹੋ ਕੁਝ ਵਾਪਰਦਾ ਹੈ ਜ਼ਿੰਦਗੀ 'ਚ, ਕਿਉਂਕਿ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗ੍ਰਿਸਤ ਵਿੱਚ ਰਹਿੰਦਿਆਂ ਤਿੰਨ ਗੱਲਾਂ ਜ਼ਰੂਰ ਚੇਤੇ ਰੱਖਿਓ। ਪਹਿਲੀ ਗੱਲ ਚੇਤੇ ਰੱਖਿਓ ਕਿ ਸਦਾ ਜ਼ਿੰਦਗੀ ਵਿੱਚ ਸੁੱਖ ਨਹੀਂ ਰਹਿਣਾ, ਦੁੱਖ ਵੀ ਇੱਕ ਦਿਨ ਆਉਣਾ ਹੈ। ਭਾਵੇਂ ਤੁਸੀਂ ਜਿੰਨਾ ਮਰਜ਼ੀ ਸਿਮਰਨ ਕਰੋ, ਦੁੱਖ ਆਏਗਾ, ਪਰ ਸਿਮਰਨ 'ਚ ਇੰਨੀ ਤਾਕਤ ਹੈ, ਸਰੀਰ ਦੁੱਖ ਨਾਲ ਪੀੜਿਤ ਹੋ ਜਾਏਗਾ ਪਰ ਮਾਨਸਿਕ ਤੌਰ 'ਤੇ ਦੁੱਖ ਨੂੰ ਦੁੱਖ ਨਹੀਂ ਮੰਨੇਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਇਹ ਤਾਂ ਕਿਹਾ ਹੀ ਨਹੀਂ ਦੁੱਖ ਨਹੀਂ ਆਏਗਾ। ਘਰ ਬੱਚਾ ਜਨਮ ਲੈਂਦਾ ਹੈ, ਬੇਟੀ ਹੋਵੇ ਬੇਟਾ ਹੋਵੇ, ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਨੇ ਦਾਤ ਦਿੱਤੀ। ਕਦੀ ਬੱਚੇ ਦੀ ਮੌਤ 'ਤੇ ਵੀ ਕਿਹਾ ਵੀ ਰੱਬ ਨੇ ਦਾਤ ਦਿੱਤੀ ਬੱਚਾ ਮਰ ਕੇ? ਨਹੀਂ ਕਿਹਾ ਨਾ। ਦੁੱਖ ਆਉਂਦਾ ਹੈ। ਕਦੀ ਕਿਸੇ ਨੇ ਕਿਹਾ ਮੈਂ ਅਰਦਾਸ ਕਰਨ ਆਇਆ ਰੱਬ ਨੇ ਦੁੱਖ ਦੀ ਦਾਤ ਦਿੱਤੀ? ਅਸੀਂ ਕਹਿੰਦੇ ਹਾਂ ਸੁੱਖ ਦੀ ਦਾਤ ਦਿੱਤੀ, ਸ਼ੁਕਰਾਨਾ ਕਰਨਾ ਆਏ ਹਾਂ। ਕਿਸੇ ਬੰਦੇ ਦਾ ਕਾਰੋਬਾਰ ਖਤਮ ਹੋ ਜਾਏ, ਭੁੱਖ ਚਾ ਪੈ ਜਾਏ, ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਸ਼ੁਕਰ ਕਰਨ ਆਇਆ ਸਾਡੇ ਘਰ ਭੁੱਖ ਪੈ ਗਈ। ਜਿੱਦਣ 4 ਟਕੇ ਹੁੰਦੇ ਨੇ ਸ਼ੁਕਰਾਨਾ ਕਰਨ ਹੁੰਦੇ ਹਾਂ। ਮੈਂ ਹੈਰਾਨ ਹੁੰਦਾ ਕਿ ਬਾਬਾ ਨਾਨਕ ਜੀ ਤੁਸੀਂ ਕੱਡੀ ਵੱਡੀ ਸੁਰਤ ਦਿੱਤੀ ਸਿੱਖ ਨੂੰ, ਅਤੇ ਜਪਜੀ ਸਾਹਿਬ 'ਚ ਕਹਿੰਦੇ ਆ ਭੁੱਖ ਵਾਪਰ ਜਾਏ, ਦੁੱਖ ਵਾਪਰ ਜਾਏ, ਮੌਤ ਵਾਪਰ ਜਾਏ, ਸਿੱਖਾ ਬੰਦਗੀ ਕਰ, ਇਹ ਵੀ ਤੇਰੇ ਵਾਸਤੇ ਦਾਤ ਹੈ। ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਤਾਂ ਕਿਹਾ ਹੀ ਨਹੀਂ ਰੱਬ ਦੀ ਕਰੋਪੀ। ਮੇਰਾ ਖਿਆਲ ਮੇਰੇ ਵਰਗਾ ਹੋਵੇ ਤਾਂ ਉਹ ਕਹੇਗਾ ਰੱਬ ਦੀ ਕਰੋਪੀ। ਗੁਰੂ ਨਾਨਕ ਕਿਤੇ ਵੀ ਪਰਮਾਤਮਾ ਨੂੰ ਇਹ ਨਹੀਂ ਕਹਿ ਰਹੇ ਤੇਰੀ ਕਰੋਪੀ, ਕਹਿੰਦੇ ਨੇ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਪਰ ਗੁਰਮੁਖੋ ਕਹਿਣਾ ਸੌਖਾ ਜੇ, ਇਹਨੂੰ ਮੰਨਣ ਵਾਸਤੇ ਵੀ ਸ਼ਬਦ ਦੀ ਕਮਾਈ ਚਾਹੀਦੀ ਹੈ। ਮੈਂ ਫਿਰ ਬੇਨਤੀ ਕਰਨ ਲੱਗਾ ਕਿ ਦੇਖੋ ਤਿੰਨ ਗੱਲਾਂ ਯਾਦ ਰੱਖੀ ਆਪਾਂ ਸਾਰੇ, ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹਨੇ ਸਦਾ ਨਹੀਂ ਰਹਿਣਾ। ਜੇ ਸੁੱਖ ਆਇਆ ਇਹ ਵੀ ਸਦਾ ਨਹੀਂ, ਦੁੱਖ ਆਇਆ ਇਹ ਵੀ ਸਦਾ ਨਹੀਂ। ਦੁੱਖ ਜਾਏਗਾ ਜ਼ਰੂਰ। ਹਾਂ, ਕੱਲ੍ਹ ਵੀ ਕਿਹਾ ਸੀ ਜੇ ਦੁੱਖ ਨੂੰ ਪੋਜ਼ਿਟਿਵ ਲੈ ਲਓ ਤਾਂ ਰੱਬ ਵਾਲੇ ਪਾਸੇ ਬੰਦਾ ਜੁੜ ਸਕਦਾ ਹੈ। ਤੁਸੀਂ ਧਰੂ ਦਾ ਨਾਂ ਬਾਣੀ 'ਚ ਪੜ੍ਹਦੇ ਹੋ, ਉਹਦੀ ਉਮਰ ਗੁਰੂ ਗ੍ਰੰਥ ਸਾਹਿਬ ਨੇ 5 ਸਾਲ ਦੱਸੀ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਉਹਦੇ ਮਤਰੇ ਭਰਾ ਦਾ ਨਾਮ ਸੀ ਉੱਤਮ, ਇਹ ਮਤਰੇਈ ਮਾਂ ਸੀ ਨਾ, ਸੁਰੀਚੀ ਅਤੇ ਸੁਨੀਤੀ, ਉਹਦਾ ਨਾਮ ਉੱਤਮ ਸੀ। ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਉੱਤਮ ਦਾ ਨਾਮ ਕਿਤੇ ਨਹੀਂ ਆਇਆ। ਰਾਜੇ ਉਤਾਨਪਾਤ ਦੇ ਦੋਨੋਂ ਬੇਟੇ ਨੇ, ਇੱਕ ਧਰੂਕ ਹੈ ਦੂਜਾ ਉੱਤਮ ਹੈ। ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਉੱਤਮ ਦਾ ਨਾਮ ਨਹੀਂ ਸੁਣਦੇ, ਪਰ ਬਾਣੀ ਤਾਂ ਪੁਕਾਰ ਕੇ ਕਹਿੰਦੀ ਜਾਂ ਜਾਂ ਧਰੂ ਨਾਰਦ ਟੈਕੇ ਟੇਕੇ ਨਹਿਕ ਟਿਕਾਵੋ ਮੋਹੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਪਰ ਉੱਤਮ ਦਾ ਨਾਮ ਕਿਤੇ ਵੀ ਨਹੀਂ ਆਇਆ। ਕਿਉਂ? ਜੇ ਕਿਤੇ ਮਤਰੇਈ ਮਾਂ ਧਰੂ ਨੂੰ ਬਾਪ ਦੀ ਗੋਦ ਵਿੱਚੋਂ ਕੱਢ ਕੇ ਬੱਚੇ ਨੂੰ ਝਿੜਕਦੀ ਨਾ, ਦੁੱਖ ਨਾ ਆਉਂਦਾ, ਤੇ ਧਰੂ ਕਦੀ ਭਗਤਾਂ ਵਿੱਚ ਸ਼ੁਮਾਰ ਨਹੀਂ ਸੀ ਹੋਣਾ। ਸੱਚ ਇਹ ਉਹਨੂੰ ਠੁੱਡਾ ਵੱਜਾ ਤੇ ਉਹ ਰੱਬ ਦੀ ਭਗਤੀ ਵਾਲੇ ਪਾਸੇ ਚੱਲ ਪਿਆ। ਦੁੱਖ ਜ਼ਿੰਦਗੀ ਪਲਟ ਜਾਂਦਾ ਜੀ ਕਈ ਵਾਰੀ। ਮੈਂ ਤਾਂ ਬੇਨਤੀ ਕੀਤੀ ਹੈ, ਮੁਸ਼ਕਿਲ ਕਹਿਣਾ ਬਹੁਤ ਸੌਖਾ, ਪਰ ਗੁਰੂ ਘਰ 'ਚ ਦੀ ਬੜੀ ਵੱਡੀ ਮਹੱਤਤਾ ਹੈ। ਜ਼ਿੰਦਗੀ ਦਾ ਹਿੱਸਾ ਹੈ ਦੁੱਖ ਅਤੇ ਸੁੱਖ, ਸੁੱਖ ਨੇ ਸਦਾ ਨਹੀਂ ਰਹਿਣਾ, ਦੁੱਖ ਆਏਗਾ। ਇਹ ਕੁਦਰਤ ਦਾ ਕਾਦਰ ਦਾ ਨਿਯਮ ਹੈ, ਜਿੱਥੇ ਜਨਮ ਹੈ ਉੱਥੇ ਮੌਤ ਅਵਸ਼ਕ ਹੈ, ਜਿੱਥੇ ਅਰੋਗਤਾ ਹੈ ਉੱਥੇ ਬਿਮਾਰੀ ਦੀ ਗੁੰਜਾਇਸ਼ ਜ਼ਰੂਰ ਹੈ, ਕਿਉਂਕਿ ਉਸ ਤੋਂ ਬਾਅਦ ਉਹ ਨਹੀਂ ਆਉਣਾ। ਜਿੱਥੇ ਜਨਮ ਹੈ, ਜਨਮ ਤੋਂ ਬਾਅਦ ਮੌਤ ਹੀ ਆਉਣੀ ਹੈ, ਇਹ ਮੰਨਣਾ ਪਏਗਾ। ਜਿੱਥੇ ਸੁੱਖ ਹੈ, ਸੁੱਖ ਤੋਂ ਬਾਅਦ ਦੁੱਖ ਹੀ ਆਉਣਾ ਹੈ, ਜਿੱਥੇ ਮਾਨ ਹੈ ਉੱਥੇ ਅਪਮਾਨ ਵੀ ਆਉਣਾ ਹੈ। ਯਾਦ ਰੱਖਿਓ, ਜਿੱਥੇ ਦੁੱਖ ਆਇਆ ਉੱਥੇ ਇੱਕ ਦਿਨ ਸੁੱਖ ਵੀ ਆਉਣਾ ਹੈ, ਜਿੱਥੇ ਅਪਮਾਨ ਹੈ ਉੱਥੇ ਮਾਨ ਵੀ ਆਉਣਾ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹਨੂੰ ਹੰਡਾਉਣਾ ਹੀ ਪੈਂਦਾ ਹੈ। ਫਿਰ ਮੈਂ ਬੇਨਤੀ ਕਰਾਂਗਾ, ਕਿਉਂਕਿ ਅਸੀਂ ਜਦੋਂ ਵੀ ਕਥਾ ਕਰਦੇ ਹਾਂ, ਹੁਣ ਵੀ ਜਦੋਂ ਅਸੀਂ ਅਰਥ ਕਰਨੇ ਨੇ, ਉਹਦੇ ਵਿੱਚ ਸਾਰਾ ਪੋਜ਼ਿਟਿਵ ਹੈ। ਅਸੀਂ ਕਦੀ ਦੱਸਦੇ ਨਹੀਂ ਕਿ ਸਿਮਰਨ ਵਾਲੇ ਨੂੰ ਦੁੱਖ ਵੀ ਆਉਂਦਾ ਹੈ। ਆਪ ਜੀ ਅਰਦਾਸ ਕਰਦੇ ਹੋ, ਅਰਦਾਸ ਵਿੱਚ
ਜਿਹੜਾ ਦੂਸਰਾ ਪਦਾਖ ਹੈ ਜੋ ਦਰਬਾਰ ਸਾਹਿਬ ਤੋਂ ਅਰਦਾਸ ਹੁੰਦੀ, ਇੱਥੇ ਵੀ ਤੁਹਾਡੇ ਜੋ ਕਰਦੇ, ਦੂਸਰੇ ਪਦੇ ਵਿੱਚ ਸਿਰਫ ਉਹਨਾਂ ਦੀ ਗਿਣਤੀ ਕੀਤੀ ਹੈ ਜਿਨ੍ਹਾਂ ਨੇ ਰੱਜ ਕੇ ਦੁੱਖ ਪਾਇਆ, ਇੰਨਾ ਦੁੱਖ ਪਾਇਆ। ਕੱਲ੍ਹ ਅਸੀਂ ਜ਼ਿਕਰ ਕੀਤਾ ਸ਼ਾਇਦ ਅੱਜ ਸਵੇਰੇ, ਭਾਈ ਸਾਹਿਬ ਕਿੰਨੇ ਦਿਨ ਖੋਪੜੀ ਤੋਂ ਬਿਨਾਂ ਰਹੇ, ਬੜਾ ਵੱਡਾ ਦੁੱਖ ਹੈ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਤ ਕੇ ਟੋਕਰਾ ਭਰ ਦਿੱਤਾ ਟੁਕੜਿਆਂ ਨਾਲ, ਭਾਈ ਮਤੀ ਦਾਸ ਨੂੰ ਚੀਰ ਦਿੱਤਾ, ਇਹ ਦੁੱਖ ਨਹੀਂ ਤੇ ਹੋਰ ਕੀ ਹੈ? ਮਨ 'ਚ ਸਵਾਲ ਉੱਠੇਗਾ ਕਿ ਇੰਨੇ ਸਿਮਰਨ ਕਰਨ ਵਾਲੇ ਤੇ ਇੰਨਾ ਦੁੱਖ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਪਿਆਰਿਓ ਸਾਰੇ ਦਾ ਸਾਰਾ ਦੁੱਖ ਹੈ। ਪਰ ਉਹਨਾਂ ਦੀ ਸੁਰਤ ਜਿੱਥੇ ਪਹੁੰਚ ਚੁੱਕੀ ਸੀ ਉੱਥੇ ਤਨ ਦਾ ਦੁੱਖ ਉਹਨਾਂ ਨੂੰ ਡੁਲਾ ਨਹੀਂ ਸੀ ਸਕਦਾ। ਇਹਨੂੰ ਫਿਰ ਥੋੜ੍ਹਾ ਜਿਹਾ ਸਮਝਿਓ, ਕਥਾ 'ਚ ਕਹਿ ਦਿਆਂਗਾ, ਸੌਖਾ ਜਿਹਾ ਲੱਗੇਗਾ। ਆਹ ਨਾਰੀਅਲ ਤੁਸੀਂ ਦੇਖਦੇ ਹੋ ਨਾ, ਘਰਾਂ 'ਚ ਵਰਤਨੇ ਆ, ਕੱਚਾ ਨਾਰੀਅਲ ਜਦੋਂ ਵੀ ਆਪ ਜੀ ਤੋੜੋਗੇ ਬਾਹਰੋਂ ਤੇ ਉਹਦੇ ਅੰਦਰ ਦੀ ਗਿਰੀ ਨਾਲ ਜ਼ਰੂਰ ਟੁੱਟੇਗੀ। ਜਦੋਂ ਛਿਲਕਾ ਟੁੱਟੇਗਾ ਤੇ ਗਲੀ ਨਾਲ ਟੁੱਟੇਗੀ। ਕਿਉਂ ਟੁੱਟੇਗੀ? ਕਿਉਂਕਿ ਛਿਲਕੇ ਦੇ ਨਾਲ ਜੁੜੀ ਹੋਈ। ਜਦੋਂ ਸੱਟ ਬਾਹਰੋਂ ਪਏਗੀ ਗਰੀ ਜ਼ਰੂਰ ਟੁੱਟੇਗੀ। ਜਿਹੜਾ ਨਾਰੀਅਲ ਪੱਕ ਜਾਏਗਾ ਉਹਦੀ ਗਰੀ ਛਿਲਕੇ ਤੋਂ ਵੱਖ ਹੋ ਜਾਂਦੀ ਹੈ, ਰਹਿੰਦੀ ਵਿੱਚ ਹੀ ਹੈ, ਬਾਹਰ ਨਹੀਂ। ਉਹ ਗਰੀ ਛਿਲਕੇ ਦੇ ਵਿੱਚ ਹੀ ਗਏ, ਨਾਰੀਅਲ ਵਿੱਚ ਗਏ, ਬਾਹਰੋਂ ਛਿਲਕਾ ਟੁੱਟ ਜਾਏਗਾ ਪਰ ਅੰਦਰੋਂ ਗਰੀ ਬਿਲਕੁਲ ਨਹੀਂ ਟੁੱਟੇਗੀ। ਸਾਡਾ ਅੰਦਰ ਖਿਮਾ ਕਰਿਓ ਕੱਚੇ ਨਾਰੀਅਲ ਦੀ ਤਰ੍ਹਾਂ ਹੈ, ਬਾਹਰ ਦਾ ਦੁੱਖ ਪੈਂਦਾ ਅਤੇ ਅੰਦਰ ਸੱਚੀ ਮੁੱਚੀ ਡਿੱਗ ਪੈਂਦਾ।